ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਨੂੰ ਕਰਜ਼ਾ ਮੁਕਤ ਕਰਨ ਦੇ ਸੁਪਨੇ ਨੂੰ ਲੈ ਕੇ ਦੁਬਈ ਗਏ 32 ਸਾਲਾ ਕੁਲਦੀਪ ਸਿੰਘ ਦੀ ਮ੍ਰਿਤਕ ਦੇ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਡਾਕਟਰ ਐਸ ਪੀ ਸਿੰਘ ਓਬਰੋਏ ਦੇ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਦੀ ਬਸਤੀ ਬਾਵਾ ਖੇਲ ਨਾਲ ਸੰਬੰਧਿਤ ਮ੍ਰਿਤਕ ਕੁਲਦੀਪ ਸਿੰਘ 11 ਮਈ ਨੂੰ ਦੁਬਈ ਗਿਆ ਅਤੇ ਕੇਵਲ 11 ਦਿਨ ਬਾਅਦ ਭਾਵ 22 ਮਈ ਨੂੰ ਦੁਬਈ ਵਿੱਚ ਉਸਦਾ ਕਤਲ ਹੋ ਗਿਆ। ਹਾਂਜੀ, ਮੈਂ ਨਵਜੀਤ ਸਿੰਘ। ਅੱਜ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇੱਥੇ ਏਅਰਪੋਰਟ ਰਾਜਸਾਂਸੀ ਵਿਖੇ ਆਏ ਹਾਂ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਅੱਜ ਇੱਥੇ ਇੱਕ ਨੌਜਵਾਨ ਮੁੰਡਾ ਕੁਲਦੀਪ ਸਿੰਘ ਜਿਹਦੀ ਡੈੱਥ ਪਿਛਲੇ ਮਹੀਨੇ ਜਿਹੜੀ ਸੀ ਉਹ ਦੁਬਈ ਦੇ ਵਿੱਚ ਹੋ ਗਈ ਸੀ, ਉਹਦਾ ਮਰਡਰ ਹੋ ਗਿਆ ਸੀ ਅਤੇ ਇੱਕ ਮਹੀਨੇ ਤੋਂ ਉਹਦੀ ਲਾਸ਼ ਜਿਹੜੀ ਸੀ ਉੱਥੇ ਸੀ। ਇੱਥੇ ਪਰਿਵਾਰ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਡਾਕਟਰ ਐਸ ਪੀ ਸਿੰਘ ਓਬਰਾਏ ਹੋਣਾ ਨਾਲ ਕੰਟੈਕਟ ਕੀਤਾ। ਉਹਨਾਂ ਦੇ ਯਤਨਾਂ ਸਦਕਾ ਅੱਜ ਜਿਹੜੀ ਹੈ ਉਸ ਨੌਜਵਾਨ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਅੱਜ ਇੰਡੀਆ ਅੱਜ ਪਹੁੰਚੀ ਹੈ। ਔਰ ਪਿਛਲੇ ਹਫ਼ਤੇ ਦੇ ਦੌਰਾਨ ਇਹ ਤੀਜੀ ਜਿਹੜੀ ਆ ਡੈੱਡ ਬੋਡੀ ਆ, ਔਰ ਹੁਣ ਕੁੱਲ ਮਿਲਾ ਕੇ 119 ਜਿਹੜੀਆਂ ਨੌਜਵਾਨਾਂ ਦੀਆਂ ਲੜਕੇ ਲੜਕੀਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਇੰਡੀਆ ਜਿਹੜੀਆਂ ਟਰੱਸਟ ਦੀ ਮਦਦ ਦੇ ਨਾਲ ਪਹੁੰਚਾਈਆਂ ਜਾ ਚੁੱਕੀਆਂ ਨੇ। ਔਰ ਹਾਂਜੀ, ਤੁਹਾਡਾ ਨਾਂ ਕੀ ਆ ਅਤੇ ਅੱਜ ਇੱਥੇ ਤੁਸੀਂ ਕਿੱਦਾਂ ਆਏ? ਮੇਰਾ ਨਾਮ ਲਵਜੀਤ ਹੈ ਜੀ। ਮੈਂ ਅੱਜ ਇੱਥੇ ਆਪਣੇ ਬ੍ਰਦਰ ਦੀ ਬੋਡੀ ਲੈਣ ਆਇਆ ਜੀ, ਜੋ 11 ਤਰੀਕ ਨੂੰ ਦੁਬਈ ਗਏ ਸੀ। 22 ਤਰੀਕ ਨੂੰ ਉਹਨਾਂ ਦੀ ਉੱਥੇ ਡੈੱਥ ਹੋ ਗਈ, ਮਰਡਰ ਹੋ ਗਿਆ। ਹਾਂਜੀ, ਉਹਨਾਂ ਦੀ ਬੋਡੀ ਲੈਣ ਆਏ ਇੱਥੇ। ਅਤੇ ਤੁਹਾਡੇ ਇਸ ਕੰਮ ਲਈ ਕਿੰਨੇ ਹੈਲਪ ਕੀਤੀ ਆ ਸਾਰੀ ਇਹ ਬੋਡੀ ਇੱਥੇ ਭੇਜਣ ਲਈ? ਓਬਰਾਏ ਸਾਹਿਬ ਨੇ ਕੀਤੀ ਸਾਡੀ ਬਹੁਤ ਮਦਦ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਸਹਿਯੋਗ ਸੀ ਇਸ ਕੰਮ ਦੇ ਵਿੱਚ, ਸਾਰੀ ਮਦਦ ਸਾਡੀ ਓਬਰਾਏ ਸਾਹਿਬ ਨੇ ਕੀਤੀ। ਅਤੇ ਇਹ ਉੱਥੇ ਕੀ ਕਰਨ ਗਏ ਸੀ? ਦੁਬਈ? ਦੁਬਈ ਵੀ ਵਿਜ਼ਟਰ ਗਏ ਸੀ ਘੁੰਮਣ ਫਿਰਨ ਜੀ। ਅੱਛਾ ਜੀ, ਅਜੇ ਤੱਕ ਇਸੇ ਕਾਰਨ ਦੀ ਕੋਈ ਪਤਾ ਨਹੀਂ ਲੱਗਾ। ਮਰਡਰ ਦਾ ਜੀ ਕੇਸ ਚੱਲ ਰਿਹਾ, ਕਾਰਵਾਈ ਚੱਲ ਰਹੀ ਹੈ। ਕਿਹੜੀ 11 ਤਰੀਕ ਨੂੰ ਗਏ ਸੀਗੇ? 11 ਮਈ ਨੂੰ ਜੀ, ਇਸੇ ਸਾਲ। ਹਾਂਜੀ ਹਾਂਜੀ। ਭਾਈ ਪਰਿਵਾਰ 'ਚ ਵਾਈਫ ਆ ਜੀ, ਉਹਨਾਂ ਦੇ ਫਾਦਰ ਸਾਹਿਬ ਆ, ਬੇਟਾ ਆ, ਮਦਰ ਆ, ਬ੍ਰਦਰ ਆ। ਹਾਂਜੀ।